हरियाणा की सियासत दे नाल जुड़ी बेहद वड्डी खबर सामने आ रही है। दस्सी कि हरियाणा सरकार नू बर्खास्त करन दी मांग उठी है। जी हाँ, सैनी सरकार नू बर्खास्त करन दे लई खास तौर दे उत्ते हरियाणा दे राजपाल नू मंग पत्र सौंपया गया है। ते मंग पत्र कांग्रेस दे वड्डे आगू दीपेंद्र हुड्डा दे वल्लों सौंपया गया है। दस्सी कि हुण जिथे एक पासे मंग उठ गई उत्थे ही नवां सियासी घमसान छुड़ा है। ਉਹ ਹਰਿਆਣਾ ਦੀ ਸਿਆਸਤ ਦੇ ਵਿੱਚ ਸ਼ੁਰੂ ਹੋ ਗਿਆ ਤਾਂ ਲਗਾਤਾਰ ਜਿੱਥੇ ਕਈ ਸਮੇਂ ਦੇ ਵਿੱਚੋਂ ਹਰਿਆਣਾ ਦੇ ਵਿੱਚ ਬੜੇ ਬਾਗੀ ਸੁਰ ਦੇਖਣ ਨੂੰ ਮਿਲੇ ਅਤੇ ਇਸੇ ਦੇ ਨਾਲ ਵੱਡਾ ਅਤੇ ਤਕੜਾ ਵਿਰੋਧ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ। ਉੱਥੇ ਹੀ ਹੁਣ ਹਰਿਆਣਾ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਰਾਜਪਾਲ ਕੋਲ ਪਹੁੰਚ ਕੇ ਮੰਗ ਪੱਤਰ ਇਸ ਬਾਬਤ ਸੌਂਪਿਆ ਗਿਆ ਹੈ। ਭੁਪਿੰਦਰ ਹੁੱਡਾ ਖਾਸ ਤੌਰ ਦੇ ਉੱਤੇ ਕਈ ਹੋਰ ਵੱਡੇ ਕਾਂਗਰਸੀ ਆਗੂਆਂ ਦੇ ਨਾਲ ਉੱਥੇ ਪਹੁੰਚਦੇ ਨੇ। ਉਹਨਾਂ ਨੇ ਸੈਣੀ ਸਰਕਾਰ ਕੋਲ ਬਹੁਮਤ ਨਾ ਹੋਣ ਦਾ ਹਵਾਲਾ ਦਿੱਤਾ ਹੈ। ਕਿਹਾ ਕਿ 90 ਸੀਟਾਂ ਵਾਲੀ ਵਿਧਾਨ ਸਭਾ ਦੇ ਵਿੱਚ ਸਰਕਾਰ ਕੋਲ ਮਹਿਜ 87 ਵਿਧਾਇਕ ਹੀ ਨੇ। ਸੋ ਇਸਦੇ ਚੱਲਦਿਆਂ ਕਈ ਤਰ੍ਹਾਂ ਦੇ ਤਰਕ ਜਿਹੜੇ ਦਿੱਤੇ ਜਾ ਰਹੇ ਨੇ ਇਸੇ ਦੇ ਨਾਲ ਨਾਲ ਮੰਗ ਪੱਤਰ ਦੇ ਕੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਅਹਿਮ ਪ੍ਰੈਸ ਵਾਰਤਾ ਵੀ ਜਿਹੜੀ ਹੈ ਉਹ ਕੀਤੀ ਗਈ ਹੈ। ਤਾਂ ਕਿਤੇ ਨਾ ਕਿਤੇ ਕੁੱਲ ਮਿਲਾ ਕੇ ਕਹਿ ਲਿਆ ਜਾਵੇ ਤਾਂ ਹਰਿਆਣਾ ਦੀ ਬੀਜੇਪੀ ਸਰਕਾਰ ਦੇ ਉੱਤੇ ਇੱਕ ਵੱਡਾ ਸੰਕਟ ਜ਼ਰੂਰ ਮੰਡਰਾ ਰਿਹਾ। ਹਾਲਾਂਕਿ ਅਜਿਹਾ ਨਹੀਂ ਹੈ ਕਿ ਇੱਕ ਮੰਗ ਪੱਤਰ ਦੇ ਦਿੱਤਾ ਤਾਂ ਇਸ ਦੇ ਨਾਲ ਸਰਕਾਰ ਜਿਹੜੀ ਹੈ ਉਹ ਭੰਗ ਹੋ ਜਾਵੇਗੀ। ਪਰ ਹੁੱਡਾ ਨੇ ਕਿਹਾ ਕਿ ਫਲੋਰ ਟੈਸਟ ਜਿਹੜਾ ਹੈ ਉਹ ਮੰਗਿਆ ਤਾਂ ਹੋਵੇਗਾ ਹਾਰਸ ਟ੍ਰੇਡਿੰਗ। ਰਾਜਪਾਲ ਤੋਂ ਵਿਧਾਨ ਸਭਾ ਭੰਗ ਕਰਨ ਦੀ ਉਹਨਾਂ ਨੇ ਮੰਗ ਕੀਤੀ ਹੈ। ਦੱਸੀਏ ਕਿ ਕਾਂਗਰਸ ਦਾ ਵਫਦ ਹਰਿਆਣਾ ਤੋਂ ਰਾਜਪਾਲ ਬੰਡਾਰੂ ਦੱਤਾਤਰੇ ਨੂੰ ਮਿਲਣ ਤੋਂ ਬਾਅਦ ਵਾਪਸ ਪਰਤੇ। ਇਸ ਦੀ ਅਗਵਾਈ ਕਾਂਗਰਸ ਵਿਧਾਇਕ ਦਲ ਦੇ ਨੇਤਾ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਅਤੇ ਸੂਬਾ ਪ੍ਰਧਾਨ ਉਦੇ ਭਾਨ ਨੇ ਕੀਤੀ। ਕੁਛ ਸਮੇਂ ਬਾਅਦ ਭੁਪਿੰਦਰ ਹੁੱਡਾ ਇੱਕ ਕਾਨਫਰੰਸ ਕਰਕੇ ਰਾਜਪਾਲ ਨੂੰ ਆਪਣੀਆਂ ਮੰਗਾਂ ਬਾਰੇ ਦੱਸਣਗੇ। ਆਖਿਆ ਹੈ ਕਿ ਕਾਂਗਰਸ ਰਾਜਪਾਲ ਤੋਂ ਵਿਧਾਨ ਸਭਾ ਭੰਗ ਕਰਨ ਦੀ ਮੰਗ ਕਰ ਰਹੀ ਹੈ। ਇਸ ਤੋਂ ਪਹਿਲਾਂ 11 ਮਈ ਨੂੰ ਉਹਨਾਂ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪ ਕੇ ਫਲੋਰ ਟੈਸਟ ਦੀ ਵੀ ਮੰਗ ਕੀਤੀ ਸੀ। ਦਰਅਸਲ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਭੰਗ ਕਰਨ ਦੀ ਮੰਗ ਪਿੱਛੇ ਭਾਜਪਾ ਦਾ ਹਾਰਸ ਟ੍ਰੇਡਿੰਗ ਹੀ ਮੁੱਖ ਕਾਰਨ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਦੇ ਵਿੱਚ 90 ਸੀਟਾਂ ਨੇ, 3 ਇਸ ਵੇਲੇ ਖਾਲੀ ਨੇ। ਬਹੁਮਤ ਦਾ ਅੰਕੜਾ 87 ਵਿੱਚੋਂ 44 ਹੈ ਅਤੇ ਭਾਜਪਾ ਦੇ ਇਸ ਸਮੇਂ 43 ਵਿਧਾਇਕ ਨੇ। ਪਹਿਲਾਂ ਵਿਰੋਧੀ ਧਿਰ ਕੋਲ 44 ਵਿਧਾਇਕ ਸਨ, ਪਰ ਕਿਰਨ ਚੌਧਰੀ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਨਾਲ ਹੁਣ ਉਹਨਾਂ ਕੋਲ ਸਿਰਫ 43 ਵਿਧਾਇਕ ਹੀ ਰਹਿ ਗਏ ਨੇ। ਤਾਂ ਜੇਕਰ ਰਾਜਪਾਲ ਨੇ ਕੁਛ ਨਹੀਂ ਕੀਤਾ ਤਾਂ ਅਸੀਂ ਅਦਾਲਤ ਦੇ ਵਿੱਚ ਜਾਣ ਬਾਰੇ ਵੀ ਸੋਚਾਂਗੇ। ਅਜਿਹੀ ਵੀ ਅਪਡੇਟ ਜਿਹੜੀ ਹੈ ਉਹ ਸਾਹਮਣੇ ਆਈ। ਭੁਪਿੰਦਰ ਹੁੱਡਾ ਨੇ ਕਿਹਾ ਕਿ ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ ਉੱਠ ਗਿਆ ਹੈ। ਅਦਾਲਤ ਜਾਣ ਦੇ ਮੁੱਦੇ 'ਤੇ ਸਾਬਕਾ ਸੀਐਮ ਨੇ ਕਿਹਾ ਕਿ ਕਿਉਂਕਿ ਮਾਮਲਾ ਸੰਵਿਧਾਨਿਕ ਹੈ ਇਸ ਲਈ ਰਾਜਪਾਲ ਨੂੰ ਪਹਿਲਾਂ ਇਸ ਮਾਮਲੇ ਨੂੰ ਦੇਖਣਾ ਚਾਹੀਦਾ ਸੀ। ਜੇਕਰ ਰਾਜਪਾਲ ਇਸ ਮਾਮਲੇ ਦੇ ਵਿੱਚ ਕੁਝ ਨਹੀਂ ਕਰਦੇ ਤਾਂ ਅਸੀਂ ਇਸ ਦੀ ਜਾਂਚ ਵੀ ਕਰਾਂਗੇ। ਤਾਂ ਹੁਣ ਇਸ ਦੇ ਉੱਤੇ ਨਜ਼ਰਾਂ ਜ਼ਰੂਰ ਬਣੀਆਂ ਰਹਿਣਗੀਆਂ ਕਿ ਇਸ ਮੰਗ ਪੱਤਰ ਤੋਂ ਬਾਅਦ ਕੀ ਕੁਝ ਡਿਸੀਜਨ ਲਿਆ ਜਾਂਦਾ ਹੈ। ਪਰ ਇੱਕ ਵੱਡਾ ਸਿਆਸੀ ਘਮਾਸਾਨ ਦੋਹਾਂ ਪਾਰਟੀਆਂ ਵਿਚਾਲੇ ਜ਼ਰੂਰ ਛਿੜਦਾ ਹੈ ਨਜ਼ਰ ਆ ਰਿਹਾ। ਦੱਸਦੀ ਕਿ ਹਰਿਆਣਾ ਸਰਕਾਰ ਦੇ ਵਿੱਚ ਬਰਖਾਸਤ ਕਰਨ ਦੀ ਮੰਗ ਉੱਠ ਗਈ ਹੈ। ਇਹ ਮੰਗ ਜਿਹੜੀ ਹੈ ਖਾਸ ਤੌਰ ਦੇ ਉੱਤੇ ਰਾਜਪਾਲ ਕੋਲ ਮੰਗ ਪੱਤਰ ਪਹੁੰਚ ਕੇ